तेजधार हथियारों के समेत कुछ नौजवान थाना सदर पुलिस के वलों काबू किए गए ने। SSP फिरोजपुर के वलों शरारती अंसरों के उत्ते नकेल कसण के लिए चलाई गई मुहिम के तहत DSP जीरा गुरदीप सिंह की अगवाई हेठ थाना सदर जीरा पुलिस के वलों तीन व्यक्तियों को काबू किए जाने की जानकारी सामने आई है। जानकारी देंदियां SHO गुरप्रीत सिंह सदर जीरा ने दसिया कि पुलिस पार्टी के वलों गश्त के दौरान चैकिंग की जा रही थी। इस दौरान पुलिस के वलों मोटरसाइकिल के उत्ते तीन नौजवान जो कि सवार होकर आ रहे सन उन्होंने रोकया गया। जब उन्हों की तलाशी ली गई तो उन्होंने कोलों पुलिस को यह तेजधार हथियार बरामद हुए। जीरा तो आज दी आवाज दे लई शुभम खुराना दी रिपोर्ट। ਜੀ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ SSP ਸ਼੍ਰੀ ਦੀਪਕ ਹਲੋਰੀ ਜੀ ਵੱਲੋਂ ਸਾਨੂੰ 7 ਹਦਾਇਤਾਂ ਨੇ ਜਿਹਦੇ ਤਹਿਤ ਮਾਨਯੋਗ DSP ਸ਼੍ਰੀ ਗੁਰਦੀਪ ਸਿੰਘ ਜੀ DSP ਜੀਰਾ ਸਬ ਡਿਵੀਜ਼ਨ ਇਹਨਾਂ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਰਾਤ ਨੂੰ ਜਿਹੜੀਆਂ ਕਈ ਥਾਵਾਂ ਤੇ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਰੋਕਣ ਵਾਸਤੇ ਅਲੱਗ ਅਲੱਗ ਟੀਮਾਂ ਬਣਾਈ ਹੋਈਆਂ ਨੇ ਜਿਨ੍ਹਾਂ ਦੀ ਨਿਗਰਾਨੀ DSP ਸਾਹਿਬ ਆਪ ਕਰਦੇ ਆ। ਇਸੇ ਤਹਿਤ ਥਾਣਾ ਸਦਰ ਜੀਰਾ ਦੀ ਪੁਲਿਸ ਪਾਰਟੀ ਰਾਤ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿੱਚ ਜਦੋਂ ਗਸ਼ਤ ਕਰ ਰਹੀ ਸੀ ਅਤੇ ਪੁਲਿਸ ਪਾਰਟੀ ਤਰੋਂਡੀ ਰੋਡ 'ਤੇ ਬਾਹਰ GT ਰੋਡ ਹਾਈਵੇ ਬਣਿਆ ਹੋਇਆ ਉੱਥੇ ਇੱਕ ਸ਼ੂਗਰ ਮਿਲ ਬੰਦ ਪਈ ਹੋਈ ਉਹਦੇ ਅੰਦਰ ਕਾਲੀ ਮਾਤਾ ਦਾ ਮੰਦਰ ਹੈ ਅਤੇ ਹਰੇਕ ਸ਼ਨੀਵਾਰ ਉੱਥੇ ਕਾਫੀ ਰਸ਼ ਹੁੰਦਾ ਲੋਕ ਕਾਫੀ ਆਉਂਦੇ ਮੱਥਾ ਟੇਕਣ। ਰਾਤ 11 ਵਜੇ ਦਾ ਟਾਈਮ ਸੀ ਮੰਦਰ 'ਚੋਂ ਲੋਕ ਕਰੀਬ ਜਾ ਚੁੱਕੇ ਸੀ ਮੰਦਰ ਬੰਦ ਹੋ ਚੁੱਕਾ ਸੀ। ਇਹ ਤਿੰਨ ਨੌਜਵਾਨ ਸੀਗੇ ਜਿਹੜੇ ਇਹਨਾਂ ਕੋਲ ਇੱਕ ਕੋਲ ਨੰਗੀ ਕਿਰਪਾਨ ਸੀ ਇੱਕ ਕੋਲ ਖੰਡਾ ਸੀ ਇੱਕ ਕੋਲ ਚੇਨ ਸੀ ਉਹ ਕਾਫੀ ਇਹਨਾਂ ਨੇ ਭਾਰੇ ਹੈਵੀ ਕੜੇ ਪਾਏ ਹੋਏ ਸੀ ਲੋਹੇ ਦੇ। ਇਹ ਸ਼ੱਕੀ ਹਾਲਾਤ 'ਚ ਉੱਥੇ ਖੜੇ ਸੀ ਮੋਟਰਸਾਈਕਲ 'ਤੇ ਜਦੋਂ ਪੁਲਿਸ ਪਾਰਟੀ ਨੂੰ ਵੇਖ ਕੇ ਇਹਨਾਂ ਨੇ ਭੱਜਣ ਲੱਗੇ ਪਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ। ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਇੱਥੇ ਖੜਾ ਦਿਖਾਉਣ ਦਾ ਕਾਰਨ ਪੁੱਛਿਆ ਗਿਆ ਜਦੋਂ ਇਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਹਨਾਂ ਦਾ ਕਹਿਣਾ ਸੀ ਕਿ ਅਸੀਂ ਮੱਥਾ ਟੇਕਣ ਆਏ ਸੀ ਅਤੇ ਆਪਣੀ ਸੇਫਟੀ ਵਾਸਤੇ ਧਿਆਨ ਰੱਖਿਆ ਜਦਕਿ ਮੰਦਰ ਬੰਦ ਹੋਏ ਨੂੰ ਕਾਫੀ ਟਾਈਮ ਹੋ ਚੁੱਕਾ ਸੀ। ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰਕੇ ਠਾਣੇ ਲਿਆ ਕੇ ਪੁੱਛਗਿੱਛ ਕੀਤੀ ਇਹਨਾਂ ਦਾ ਪੁਰਾਣਾ ਰਿਕਾਰਡ ਚੈੱਕ ਕੀਤਾ। ਇਹਨਾਂ 'ਚੋਂ ਇੱਕ ਵਿਕਰਮ ਸਿੰਘ ਵਿੱਕੀ ਸਾਨੂੰ ਸਵਰਨ ਸਿੰਘ ਜਸ਼ਨਪ੍ਰੀਤ ਸਿੰਘ ਸਾਨੂੰ ਬਲਜਿੰਦਰ ਸਿੰਘ ਰਾਜਾ ਪੁੱਤਰ ਨਰਿੰਦਰ ਸਿੰਘ ਇਹ ਤਿੰਨੋਂ ਵਾਸੀ ਠੱਠਾ ਦਲੇਰ ਸਿੰਘ ਥਾਣਾ ਮਲਾਣਾ ਦੇ ਰਹਿਣ ਵਾਲੇ ਆ। ਇਹਨਾਂ ਤੋਂ ਕਾਫੀ ਡੂੰਘਾਈ ਨਾਲ ਵੀ ਪੁੱਛਗਿੱਛ ਕੀਤੀ ਗਈ ਜਿਹੜਾ ਇਹਨਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ ਜਿਸ ਕਰਕੇ ਇਹਨਾਂ ਦਾ ਜੇਲਧਾਰਾ 109 CRPC 10 ਦਿਨ ਦੇ ਆਪਣੇ ਜੁਡੀਸ਼ੀਅਲ ਰਿਮਾਂਡ 'ਤੇ ਇਹਨਾਂ ਨੂੰ ਭੇਜਿਆ ਜਾ ਰਿਹਾ ਅਤੇ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪਹਿਲਾਂ ਸਰ ਕੋਈ ਮਾਮਲੇ ਦਰਜ ਹੈਗੇ ਇਹਨਾਂ ਲੋਕਾਂ ਦੇ? ਨਹੀਂ, ਜੋ ਇਹਨਾਂ ਦਾ ਸਾਬਕਾ ਰਿਕਾਰਡ ਚੈੱਕ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਖਿਲਾਫ਼ ਪਹਿਲਾਂ ਕੋਈ ਮੁਕਦਮਾ ਨਹੀਂ ਪਾਇਆ ਗਿਆ। ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਕਿਸ ਮਨੋਰਥ ਨਾਲ ਇੱਥੇ ਖੜੇ ਸੀ ਔਰ ਇਹਨਾਂ ਨੇ ਕੀ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਜਾਂ ਕੀ ਕਰਨਾ ਸੀ।